ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਵੋਟ ਦਾ ਅਧਿਕਾਰ ਕਿਸ ਨੂੰ ਹੋਣਾ ਚਾਹੀਦਾ ਹੈ, ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਦੋ ਪੜਾਅ ਵਿੱਚ ਚਰਚਾ ਕਰ ਰਹੇ ਹਾਂ। ਜਿੱਦਾਂ ਪਹਿਲੇ ਪੜਾਅ ਦੀ ਚਰਚਾ ਅਸੀਂ ਅਹਿਮ ਸਵਾਲਾਂ ਨੂੰ ਲਿਆ, ਦੂਜੇ ਪੜਾਅ ਦੀ ਚਰਚਾ 'ਚ ਵੀ ਮੈਂ ਉਹਨਾਂ ਸਵਾਲਾਂ ਨੂੰ ਲੈ ਕੇ ਉਹਨਾਂ ਹੀ ਮਹਿਮਾਨਾਂ ਦੇ ਨਾਲ ਭਾਈ ਅਸ਼ੋਕ ਸਿੰਘ ਬਾਗੜੀਆਂ, ਸਾਹ ਕਰਨੈਲ ਸਿੰਘ ਪੰਜੌੜੀ ਅਤੇ ਸਾਹ ਪਰਮਜੀਤ ਸਿੰਘ ਰਾਣੂ ਤਿੰਨਾਂ ਹੀ ਮਹਿਮਾਨਾਂ ਨੂੰ ਮੈਂ ਮੁੜ ਜੀ ਆਖਦਾ। ਭਾਈ ਬਾਗੜੀਆਂ ਜੀ, ਜਿੱਦਾਂ ਆਪਾਂ ਪਹਿਲੇ ਪੜਾਅ ਦੀ ਚਰਚਾ 'ਚ ਲਏ ਸੀ ਔਰ ਖਾਸ ਤੌਰ 'ਤੇ ਪੰਜੌਲੀ ਜੀ ਨੇ ਇੱਕ ਬੜਾ ਅਹਿਮ ਮੁੱਦਾ ਉਠਾਇਆ ਕਿ ਠੀਕ ਹੈ, ਅਸੀਂ ਇਹ ਫੈਸਲਾ ਤਾਂ ਪਾਰਲੀਮੈਂਟ ਨੇ ਕਰਤਾ ਕਿ ਬਈ ਵੋਟ ਦਾ ਅਧਿਕਾਰ ਹੈ ਜਿਹੜਾ ਉਹ ਸਿੱਖਾਂ ਨੇ ਹੋਣਾ ਚਾਹੀਦਾ, ਸਹਿਜਧਾਰੀ ਸਿੱਖ ਵੋਟ ਨਹੀਂ ਪਾ ਸਕਦੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੇ ਇਹਨਾਂ ਦੀ ਗਿਣਤੀ ਮੁਤਾਬਕ 70 ਲੱਖ ਦੇ ਕਰੀਬ ਜਿਹੜੇ ਸਹਿਜਧਾਰੀ ਸਿੱਖ ਹੈਗੇ ਹੈ, ਉਹਨਾਂ ਨੂੰ ਸਿੱਖੀ ਦੇ ਧਿਰੇ ਨਾਲ ਜੋੜ ਕੇ ਅਸੀਂ ਕਿਵੇਂ ਰੱਖ ਸਕਦੇ ਹਾਂ? ਪਹਿਲਾਂ ਤਾਂ ਇਹ ਮੈਨੂੰ ਦੱਸੋ ਕਿ ਗੈਰ ਅੰਮ੍ਰਿਤਧਾਰੀ ਔਰ ਸਹਿਜਧਾਰੀ ਦੇ ਵਿੱਚ ਫਰਕ ਕੀ ਹੈ? ਕੋਈ ਫਰਕ ਨਹੀਂ। ਜੇ ਕੋਈ ਫਰਕ ਨਹੀਂ ਤਾਂ ਵੈਸੇ ਸਹਿਜਧਾਰੀ ਕਿਉਂ? ਉਹ ਇੱਕ ਗੈਰ ਅੰਮ੍ਰਿਤਧਾਰੀ ਹੈ। ਉਹਨਾਂ ਨੂੰ ਗੈਰ ਅੰਮ੍ਰਿਤਧਾਰੀ ਟ੍ਰੀਟ ਕਰਕੇ ਸਿੱਖ ਮੰਨਿਆ ਜਾਂਦਾ, ਉਹਨਾਂ ਨੂੰ ਗੈਰ ਅੰਮ੍ਰਿਤਧਾਰੀ ਦੀ ਜਿਹਨੂੰ ਕਹਿਣਾ ਚਾਹੀਦਾ ਡੈਫੀਨੇਸ਼ਨ ਦੇ ਵਿੱਚ ਉਹ ਆ ਜਾਂਦੇ ਨੇ, ਉਹਨਾਂ ਨੂੰ ਉਸ ਤਰ੍ਹਾਂ ਰੱਖ ਕੇ ਪੰਥ 'ਚੋਂ ਨਹੀਂ ਕੱਢਣਾ ਚਾਹੀਦਾ। ਪੰਥ ਨੂੰ ਸਾਰਿਆਂ ਨੂੰ ਕਲਾਵੇ 'ਚ ਲੈਣਾ ਚਾਹੀਦਾ। ਅਗਰ ਇੱਕ ਬੰਦਾ ਕੋਈ ਗਲਤੀ ਵੀ ਕਰਦਾ, ਉਸ ਨੂੰ ਵੀ ਛੇਕਣਾ ਨਹੀਂ ਚਾਹੀਦਾ, ਉਸ ਨੂੰ ਰੱਖਣਾ ਚਾਹੀਦਾ ਔਰ ਉਹਨੂੰ ਵਾਪਸ ਆਉਣ ਦਾ ਰਸਤਾ ਖੋਲ੍ਹਣਾ ਚਾਹੀਦਾ। ਅਸੀਂ ਪੰਥ ਦਾ ਜਿਹੜਾ ਖਿਲਾਫ ਹੈ ਉਹਨੂੰ ਵੱਡਾ ਕਰਨਾ ਚਾਹੁੰਦੇ ਹਾਂ। ਮੈਂ ਤਾਂ ਬਲਕਿ ਕਹਿੰਦਾ ਵੀ ਇਹ ਸਹਿਜਧਾਰੀ ਸਿੱਖ ਤਾਂ ਇੱਕ ਪਤਾ ਨਹੀਂ ਕਿਵੇਂ ਸ਼ਬਦ ਬਣ ਗਿਆ, ਕਿਉਂਕਿ ਮੈਂ ਜੋ ਬਜ਼ੁਰਗਾਂ ਪਾਸੋਂ ਸਿੱਖਿਆ ਪੜ੍ਹਿਆ ਕੀਤਾ ਉਹਦੇ ਵਿੱਚ ਤਾਂ ਸਾਨੂੰ ਇਹ ਦੋ ਹੀ ਨੇ, ਅੰਮ੍ਰਿਤਧਾਰੀ ਔਰ ਗੈਰ ਅੰਮ੍ਰਿਤਧਾਰੀ। ਭਾਈ ਬਾਗੜੀਆਂ ਜੀ, ਹੁਣ ਜਿਹੜੀ ਸਵਾਲ ਪੈਦਾ ਹੁੰਦਾ ਨਾ, ਉਹ ਇਹ ਠੀਕ ਹੈ ਇਹ ਹੁਣ ਜੋ ਹੋ ਰਹੀ ਹੈ ਇਹ ਸਿਆਸਤ ਹੋ ਰਹੀ ਹੈ। ਬਾਗੜੀ, ਮੈਂ ਸਿਆਸਤ ਬਾਰੇ ਵੀ ਗੱਲ ਕਰਾਂਗਾ, ਪਰ ਜੋ ਇਹ ਡੇਂਜਰ ਜਿੱਦਾਂ ਪੰਜੋਲੀ ਜੀ ਨੇ ਗੱਲ ਕਹੀ ਹੈ, ਅਸੀਂ ਪਹਿਲਾਂ ਮੈਂ ਕਿਸੇ ਦਾ ਨਾਂ ਵੀ ਲਵਾਂ, ਦਲਿਤਾਂ ਦੇ ਬਹੁਤ ਵੱਡੇ ਗਰੁੱਪ ਅਸੀਂ ਬਾਹਰ ਕੀਤੇ, ਇੱਦਾਂ ਹੀ ਕਈ ਹੋਰ ਧਰਮ ਵੀ ਜਿਹੜੇ ਸਿੱਖ ਧਰਮ ਨੂੰ ਜੁਆਇਨ ਕਰਨਾ ਚਾਹੁੰਦੇ ਸੀ, ਅਸੀਂ ਉਹਨਾਂ ਨੂੰ ਬਾਹਰ ਕੀਤਾ। ਹੁਣ ਅਸੀਂ ਸਹਿਜਧਾਰੀ ਦਾ ਜਿਹੜਾ ਇੱਕ ਤਰ੍ਹਾਂ ਦਾ ਬਿੱਲਾ ਲਗਾ ਕੇ, ਅਗਰ ਗੁਰੂ ਨਾਨਕ ਦੇਵ ਦੇ ਜਿਹੜੇ ਨਾਮ ਲੇਵਾ ਹੈ ਉਹਨਾਂ ਨੂੰ ਮੰਨਣ ਵਾਲੇ ਹੈ, ਉਹਨਾਂ ਦੂਰ ਤੱਕਾਂਗੇ ਤਾਂ ਲੱਗਦਾ ਨਹੀਂ ਕਿ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ? ਬਿਲਕੁਲ ਹੈ, ਇਹ ਬਿਲਕੁਲ ਠੀਕ ਹੈ। ਇਹ ਤਾਂ ਹੀ ਤਾਂ ਮੈਂ ਕਹਿੰਦਾ ਨਾ ਵੀ ਇਹਨਾਂ ਚੀਜ਼ਾਂ ਦਾ ਫੈਸਲਾ ਜਿਹਨੂੰ ਕਹਿੰਦੇ ਨਾ ਇਨ ਹਾਊਸ ਹੋਣਾ ਚਾਹੀਦਾ, ਕੋਰਟ ਵਿੱਚ ਜਾ ਕੇ, ਕੋਰਟ ਜਾਂ ਪਾਰਲੀਮੈਂਟ 'ਚ ਨਹੀਂ ਜਾਣਾ। ਇੱਕ ਉੱਥੇ ਸੁਪਰੀਮ ਜਿਹੜੀ ਸੀਗੀ ਇੱਥੇ ਪ੍ਰੀਵੀ ਕੌਂਸਲ ਦੇ ਵਿੱਚ ਇੱਕ ਮੁਸਲਮਾਨ ਜੱਜ ਗਿਆ ਪੰਜਾਬ ਤੋਂ, ਉਹਨਾਂ ਨੇ ਕੋਈ ਸਿੱਖਾਂ ਬਾਰੇ ਗੱਲ ਕੀਤੀ ਵੀ ਕੀ ਹੈ, ਉਹਨੇ ਉੱਥੇ ਜਵਾਬ ਦਿੱਤਾ ਕਿ ਇਹਦੇ ਉੱਪਰ ਮੈਂ ਰਾਏ ਨਹੀਂ ਦੇ ਸਕਦਾ ਕਿਉਂਕਿ ਇਹ ਉਹਨਾਂ ਦਾ ਧਾਰਮਿਕ ਮਸਲਾ ਹੈ। ਅਸੂਲ ਦੇ ਬੰਦੇ ਤਾਂ ਉਹ ਹੁੰਦੇ ਨੇ। ਬਿਲਕੁਲ ਠੀਕ, ਬਿਲਕੁਲ ਠੀਕ ਜਿਹੜਾ ਭਾਈ ਬਾਗੜੀਆਂ ਜੀ। ਰਾਣੂ ਜੀ, ਅਸੀਂ ਇਸ ਮੁੱਦੇ 'ਤੇ ਜਿੱਦਾਂ ਪੰਜੌਲੀ ਜੀ ਨੇ ਵੀ ਗੱਲ ਕੀਤੀ ਹੈ, ਤੁਸੀਂ ਇਸ ਸਮੇਂ 'ਤੇ ਲੰਬੀ ਲੜਾਈ ਜਿਹੜੀ ਕਿ ਸਾਰੇ ਮੁੱਦੇ 'ਤੇ ਲੜੀ ਹੈਗੀ ਹੈ, ਬਹੁਤ ਵੱਡੀ ਗਿਣਤੀ ਹੈਗੀ ਹੈ ਸਹਿਜਧਾਰੀ ਸਿੱਖਾਂ ਦੀ, ਜੋ ਇੱਦਾਂ ਦਾ ਫੈਸਲਾ ਲਿਆ ਗਿਆ ਜਾਂ SGPC ਦੀ ਲੀਡਰਸ਼ਿਪ ਵੱਲੋਂ ਜੋ ਸਹਿਜਧਾਰੀ ਸਿੱਖਾਂ ਦੇ ਪ੍ਰਤੀ ਅਪਰੋਚ ਅਪਣਾਈ ਜਾ ਰਹੀ ਹੈ, ਉਹਦੇ ਨਾਲ ਲੱਗਦਾ ਨਹੀਂ ਇੱਕ ਬਹੁਤ ਵੱਡਾ ਡੇਂਜਰ ਜਿਹੜਾ ਹੈਗਾ ਖੜਾ ਹੋ ਗਿਆ ਕਿ ਬਈ ਇੱਕ ਬਹੁਤ ਵੱਡੇ ਹਿੱਸੇ ਨੂੰ ਅਸੀਂ ਸਿੱਖੀ ਤੋਂ ਦੂਰ ਕਰ ਰਹੇ ਹਾਂ? ਦੇਖੋ ਸਿੱਧੂ ਸਾਹਿਬ, ਗੱਲ ਇਹ ਹੈ ਕਿ ਜਦੋਂ ਪੰਜੋਲੀ ਸਾਹਿਬ ਨੇ ਗੱਲ ਕੀਤੀ ਕਿ ਅਦਾਲਤਾਂ 'ਚ ਨਹੀਂ ਜਾਣਾ ਚਾਹੀਦਾ ਜਾਂ ਇੱਦਾਂ, ਬਿਲਕੁਲ ਇਹਨਾਂ ਦੀ ਗੱਲ ਦਰੁਸਤ ਹੈ ਜੀ ਜੀ। ਔਰ ਅਸੀਂ ਅਦਾਲਤ 'ਚ ਗਏ ਨਹੀਂ, ਅਸੀਂ ਤਾਂ ਸਿਰਫ ਡਿਫੈਂਸ ਲਈ ਗਏ ਹਾਂ, ਓਫੈਂਸ ਨਹੀਂ ਕੀਤਾ ਅਸੀਂ। ਅਸੀਂ ਆਪਣੇ ਹੱਕ ਜਦੋਂ ਖੋਏ ਜਾ ਰਹੇ ਸੀ ਉਹਨਾਂ ਨੂੰ ਬਚਾਉਣ ਲਈ ਅਦਾਲਤ 'ਚ ਗਏ ਕਿ ਨਹੀਂ ਅਸੀਂ ਸਿੱਖ ਹੀ ਹਾਂ, ਸਾਨੂੰ ਇੰਨੀ ਦੇਰ ਤੋਂ 70 ਸਾਲਾਂ ਤੋਂ ਇੱਕ ਵੋਟਿੰਗ ਰਾਈਟ ਚੱਲਿਆ ਆ ਰਿਹਾ ਅਤੇ ਅੱਜ ਤੁਸੀਂ ਖੋ ਰਹੇ ਹੋ, ਤੁਸੀਂ ਕਿਉਂ ਸਾਨੂੰ ਮਤਲਬ ਸਾਡੇ ਹੱਕ ਨੂੰ ਮਾਰਨਾ ਚਾਹੁੰਦੇ ਹੋ? ਇਸ ਗੱਲ ਲਈ ਅਸੀਂ ਰਾਈਟਸ ਬਚਾਉਣ ਵਾਸਤੇ ਗਏ ਸੀ। ਉੱਥੇ ਵੀ ਅਦਾਲਤ ਕੋਲ ਦੋ ਆਪਸ਼ਨਸ ਲੈ ਕੇ ਗਏ ਸੀ। ਇੱਕ ਆਪਸ਼ਨ ਸੀਗਾ ਕਿ ਅਸੀਂ ਸਿੱਖ ਹੈ, ਅਸੀਂ ਸਹਿਜਧਾਰੀ ਸਿੱਖ ਹੈ, ਜੋ ਵੀ ਹੈ ਵੀ ਅਸੀਂ ਕਮਿਊਨਿਟੀ ਤੋਂ ਅਲੱਗ ਦਾ ਹਿੱਸਾ ਨਹੀਂ ਹੈਗੇ। ਦੂਸਰਾ ਅਸੀਂ ਲੈ ਕੇ ਗਏ ਸੀ ਲੀਗਲ ਪੁਆਇੰਟ ਕਿ ਜੀ ਅਮੈਂਡਮੈਂਟ ਗੁਰਦੁਆਰਾ ਐਕਟ ਦੇ ਵਿੱਚ ਇਹ ਨੋਟੀਫਿਕੇਸ਼ਨ ਰਾਹੀਂ ਨਹੀਂ ਹੋ ਸਕਦੀ, ਅਤੇ ਅਦਾਲਤ ਨੇ ਵੀ ਉਸ ਵੇਲੇ ਇਹੀ ਗੱਲ ਕਹੀ ਕਿ ਅਸੀਂ ਤੁਹਾਡੇ ਧਾਰਮਿਕ ਮਾਮਲੇ 'ਚ ਦਖਲ ਨਹੀਂ ਦੇਵਾਂਗੇ। ਅਦਾਲਤ ਦੀ ਅਸੀਂ ਰਿਸਪੈਕਟਫੁਲੀ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਨਯੋਗ ਅਦਾਲਤ ਨੇ ਇਹ ਗੱਲ ਕਹੀ ਕਿ ਅਸੀਂ ਨਹੀਂ ਕਹਿਣਾ ਚਾਹੁੰਦੇ ਕਿ ਤੁਸੀਂ ਸਹਿਜਧਾਰੀ ਜਿਹੜੇ ਉਹ ਸਿੱਖ ਹੋ ਜਾਂ ਅੰਮ੍ਰਿਤਧਾਰੀ ਸਿੱਖ ਹੈ ਜਾਂ ਕੌਣ ਸਿੱਖ ਹੈ, ਉਹਨਾਂ ਨੇ ਵੀ। ਰਾਣੂ ਜੀ, ਮੈਂ ਇਸ ਮੁੱਦੇ 'ਤੇ, ਸਾਡਾ ਅੱਜ ਦਾ ਸਬਜੈਕਟ ਤਾਂ ਨਹੀਂ ਹੈ, ਅਸੀਂ SVL ਪਾਣੀਆਂ ਦੇ ਮੁੱਦੇ 'ਤੇ ਤਾਂ ਕੋਰਟ ਨੂੰ ਕਹਿ ਸਕਦੇ ਹਾਂ ਕਿ ਸਾਡਾ ਪੰਜਾਬ ਦਾ ਹੱਕ ਹੈ, ਤੁਸੀਂ ਦਖਲ ਨਾ ਦਿਓ। ਬਿਲਕੁਲ। ਅਤੇ ਸਿੱਖਾਂ ਦੇ ਮੁੱਦੇ 'ਤੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਜਿਹੜਾ ਕਹਿੰਦੇ ਤਾਂ ਮੋਹਰ ਲਗਾਓ। ਬਿਲਕੁਲ ਬਿਲਕੁਲ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਗੱਲ ਕਹੀ, ਸਾਡੇ ਵਕੀਲਾਂ ਨੇ ਕਹੀ ਕਿ ਅਸੀਂ ਸਿੱਖ ਹਾਂ ਜੀ, ਸਾਨੂੰ ਕੱਢਿਆ ਜਾ ਰਿਹਾ ਜਾਂ ਸਾਡਾ ਹੱਕ ਮਾਰਿਆ ਜਾ ਰਿਹਾ, ਤਾਂ ਉਹਨਾਂ ਨੇ ਕਿਹਾ ਵੀ ਦੇਖੋ ਸਿੱਖ ਦੀ ਜਿਹੜੀ ਪਰਿਭਾਸ਼ਾ ਉੱਤੇ ਕੋਈ ਅਸੀਂ ਕਿੰਤੂ ਨਹੀਂ ਕਰਨਾ ਚਾਹੁੰਦੇ, ਅਸੀਂ ਤੁਹਾਡਾ ਲੀਗਲ ਜਿਹੜਾ ਰਾਈਟ ਹੈ ਉਹਦੇ ਬਾਰੇ ਜੋ ਅਮੈਂਡਮੈਂਟ ਗੁਰਦੁਆਰਾ ਐਕਟ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ 'ਤੇ ਅਸੀਂ ਜ਼ਰੂਰ ਫੈਸਲਾ ਦੇਵਾਂਗੇ। ਤਾਂ ਇਹ ਫੈਸਲਾ ਆਇਆ ਕਿ ਅਮੈਂਡਮੈਂਟ ਜਿਹੜੀ ਹੈ
ਉਹ ਕੁਐਸ਼ ਕੀਤੀ ਗਈ ਜਿਹੜੀ ਇਹਨਾਂ ਦੀ ਨੋਟੀਫਿਕੇਸ਼ਨ ਰਾਹੀਂ ਹੋਈ ਔਰ ਉਸ ਅਮੈਂਡਮੈਂਟ ਨੂੰ ਕੁਐਸ਼ ਹੋਣ ਤੋਂ ਬਾਅਦ ਇਹਨਾਂ ਦੀ SGPC ਦੀ ਇਲੈਕਸ਼ਨ ਵੀ ਡਿਫੰਕਟ ਹੋਈ ਹੈ ਉਹ ਇਹ ਖੁਦ ਸੁਪਰੀਮ ਕੋਰਟ ਗਏ ਨੇ ਜਦਕਿ ਇਹ ਮਾਮਲਾ ਜਿਹੜਾ ਸੀ ਹਾਈ ਕੋਰਟ ਨੇ ਸਾਡੀ ਫੇਵਰ 'ਚ ਕਰ ਦਿੱਤਾ ਸੀ ਹੁਣ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਮਸਲੇ ਨੂੰ ਇਹਦਾ ਸਲਿਊਸ਼ਨ ਕੱਢਣਾ ਚਾਹੀਦਾ ਸੀ ਸਲਿਊਸ਼ਨ ਇਹਦਾ ਇੱਕੋ ਹੀ ਹੈ ਕਿ ਜਿਹੜਾ ਸਿੱਖ ਪਰਿਵਾਰ 'ਚ ਪੈਦਾ ਹੋਇਆ ਉਹ ਸਿੱਖ ਹੀ ਹੈ ਉਹ ਕੋਈ ਬਾਹਰਲਾ ਵਿਅਕਤੀ ਨਹੀਂ ਹੈਗਾ ਜਿਸ ਤਰ੍ਹਾਂ ਬਾਗੜੀਆ ਸਾਹਿਬ ਨੇ ਗੱਲ ਬੜੀ ਸਪਸ਼ਟ ਕੀਤੀ ਕਿ ਜਿਹਨੇ ਪੰਜ ਕਕਾਰੀ ਹੋ ਗਿਆ ਅੰਮ੍ਰਿਤ ਛਕ ਲਿਆ ਉਹ ਖਾਲਸਾ ਸਿੰਘ ਹੈ ਔਰ ਜਿਹੜੇ ਬਾਕੀ ਨੇ ਸਾਰੇ ਗੈਰ ਅੰਮ੍ਰਿਤਧਾਰੀ ਨੇ ਗੈਰ ਅੰਮ੍ਰਿਤਧਾਰੀ ਕਹਿਣਾ ਲਫਜ਼ ਥੋੜ੍ਹਾ ਜਿਹਾ ਔੜ ਜਿਹਾ ਲੱਗਦਾ ਅਤੇ ਉਹਨਾਂ ਨੂੰ ਅਸੀਂ ਸਿੱਖ ਮੰਨ ਲਈਏ ਤੋ ਦੋ ਹੀ ਕੈਟੇਗਰੀਜ਼ ਨੇ ਖਾਲਸਾ ਅਤੇ ਸਿੱਖ ਸਿੰਘ ਅਤੇ ਸਿੱਖ ਦੋ ਹੀ ਕੈਟੇਗਰੀਜ਼ ਬਣ ਗਈਆਂ ਨੇ ਜਿਹੜਾ ਤੁਹਾਡਾ ਸਜ਼ਾ ਜੋਲੀ ਜਿਹੜੇ ਇਹਨਾਂ ਨੇ ਸਿਰੇਸ ਕੀਤੇ ਜਿਹੜਾ ਸਿੱਖ ਪਰਿਵਾਰ 'ਚ ਪੈਦਾ ਹੋਇਆ ਸਭ ਗੱਲ ਇਹ ਆ ਵੀ ਜਿਹੜਾ ਸਿੱਖ ਪਰਿਵਾਰ 'ਚ ਪੈਦਾ ਹੋਇਆ ਜੇ ਉਹ ਸਿੱਖੀ ਸਰੂਪ ਰੱਖਦਾ ਉਹ ਸਿੱਖ ਹੈ ਦੇਖੋ ਜੇ ਸੁਣੋ ਮੇਰੀ ਗੱਲ ਜੇ ਤੁਸੀਂ ਸਿੱਖੀ ਸਰੂਪ ਨੂੰ ਮਤਲਬ ਕਿਤੇ ਨਾ ਕਿਤੇ ਕੱਟਦੇ ਹੋ ਦਾੜੀ ਕੇਸ ਕੱਟਦੇ ਹੋ ਫਿਰ ਦੇਖੋ ਉੱਥੇ ਪਤਤ ਪੁਣਾ ਆ ਜਾਂਦਾ ਨਹੀਂ ਨਹੀਂ ਪਤਤ ਨਹੀਂ ਹੈਗਾ ਪਤਤ ਅੰਮ੍ਰਿਤ ਛੱਕ ਕੇ ਭੰਗ ਕਰਨ ਵਾਲਾ ਪਤਤ ਹੈ ਓਕੇ ਠੀਕ ਹੈ ਜਿਹਨੇ ਅੰਮ੍ਰਿਤ ਛੱਕਿਆ ਨਹੀਂ ਉਹ ਪਤਤ ਕਿੱਥੋਂ ਹੋ ਗਿਆ ਜੀ ਅਸੀਂ ਭਾਈ ਪਗੜੀ ਜਦੋਂ ਭਾਈ ਪਗੜੀ ਜੀ ਤੁਹਾਡਾ ਇਸ ਬੜਾ ਤਜਰਬਾ ਬੜੀ ਸਟੱਡੀ ਹੈਗੀ ਹੈ ਇੱਕ ਇਹ ਵੀ ਇਸ਼ੂ ਆ ਰਿਹਾ ਕਿ ਜਿਹੜਾ ਸਿੱਖ ਘਰ ਦੇ ਵਿੱਚ ਪੈਦਾ ਹੋਇਆ ਜਿਹੜਾ ਉਹ ਆਪਣੇ ਆਪ ਦੇ 'ਚ ਹੀ ਸਿੱਖ ਹੈ ਪੰਜੋਲੀ ਜੀ ਕਹਿੰਦੇ ਕਿ ਨਹੀਂ ਜੇ ਉਹ ਦਾੜੀ ਕੱਟਦਾ ਜਾਂ ਰੋਮ ਦੀ ਬੇਅਦਬੀ ਕਰਦਾ ਤਾਂ ਉਹ ਪਤਤ ਸਿੱਖ ਹੈ ਕੋਈ ਪਤਤ ਸਿੱਖ ਦੀ ਡੈਫੀਨੇਸ਼ਨ ਹੈ ਮੈਂ ਸਹਿਮਤ ਨਹੀਂ ਇਹ ਜਿਹੜੀ ਹੈ ਕੇਸਾਂ ਵਾਲੀ ਜਿਹੜੀ ਹੈ ਕੰਡੀਸ਼ਨ ਉਹ ਖਾਲਸੇ ਵਾਸਤੇ ਹੈ ਬਾਕੀ ਇਹ ਠੀਕ ਹੈ ਵੀ ਸਾਬਤ ਸੂਰਤ ਹੋਣੀ ਚਾਹੀਦੀ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਜਾਂਦਾ ਹੈ ਅੰਮ੍ਰਿਤ ਤਾਂ ਉਹ ਜਾ ਕੇ ਬਹੁਤ ਦੇਖ ਦਿੱਤਾ ਗਿਆ ਸਾਬਤ ਸੂਰਤ ਦਸਤਾਰ ਸਿਰਾ ਫਿਰ ਸਿੱਧੂ ਸਾਹਿਬ ਕੀ ਨੇ ਸਿੱਧੂ ਸਾਹਿਬ ਕੀ ਨੇ ਉਹ ਦਾੜੀ ਕੱਟਦੇ ਨੇ ਮੇਰੇ ਬਾਰੇ ਕੋਈ ਬਹਿਸ ਨਹੀਂ ਪੰਜੋਲੀ ਸਾਹਿਬ ਮੇਰਾ ਮੁੱਦਾ ਨਹੀਂ ਹੈ ਮੁੱਦਾ ਜਿਹੜਾ ਪੰਜੋਲੀ ਸਾਹਿਬ ਇਹਨਾਂ ਨੇ ਖੜਾ ਕੀਤਾ ਜੇ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਫਿਰ ਸਹੀ ਤਾਰੀ ਮੇਰਾ ਹੁਣ ਵੀ ਉਹਨਾਂ ਵਿਸ਼ਵਾਸ ਹੈ ਜਿੰਨਾ ਕਿਸੇ ਇੱਕ ਸਿੱਖ ਦਾ ਹੋ ਸਕਦਾ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ 'ਚ ਬਿਲਕੁਲ ਹੋਣਾ ਚਾਹੀਦਾ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਪੰਜੋਲੀ ਜੀ ਇਸ ਮੁੱਦੇ 'ਤੇ ਜਦੋਂ ਆਪਾਂ ਚਰਚਾ ਕਰਦੇ ਹਾਂ ਇਹ ਗੱਲ ਵੀ ਬੜੀ ਇੱਕ ਇੰਪੋਰਟੈਂਟ ਹੈਗੀ ਹੈ ਇਹ ਕਿਹਾ ਜਾਂਦਾ ਕਿ ਜਿਵੇਂ ਬਹੁਤ ਵੱਡਾ ਤੁਸੀਂ ਖੁਦ ਕਹਿ ਕੇ 70 ਲੱਖ ਦੇ ਕਰੀਬ ਗਿਣਤੀ ਹੈਗੀ ਹੈ ਜਦੋਂ ਅਸੀਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਾਂ ਤੋਂ ਪਾਸੇ ਕਰਦੇ ਹਾਂ ਕਿਤੇ ਇਹ ਨਹੀਂ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਬੇ ਸਮੇਂ ਤੋਂ ਅਕਾਲੀ ਲੀਡਰਸ਼ਿਪ ਦੇ ਜਿਹੜੇ ਇੱਕ ਧੜੇ ਦਾ ਕਬਜ਼ਾ ਸ਼ਾਇਦ ਉਹ ਆਪਣਾ ਕਬਜ਼ਾ ਬਰਕਰਾਰ ਰੱਖਣ ਦੇ ਲਈ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾ ਲਿਆ ਤਾਂ ਕਿ ਜਿਹੜਾ ਹੈਗਾ ਦੂਸਰੇ ਲੋਕ ਉਹਦੇ 'ਚ ਜੁਆਇਨ ਹੀ ਨਾ ਕਰ ਸਕਣ ਆ ਹੀ ਨਾ ਸਕਣ ਨਹੀਂ ਦੇਖੋ ਇਹ ਤਾਂ ਸਿੱਖੀ ਦੇ ਵਿਸਾਲ ਘੇਰੇ ਲਈ ਮੈਂ ਸਮਝਦਾ ਬਈ ਗੱਲਾਂ ਗਲਤ ਨੇ ਨਹੀਂ ਇੱਦਾਂ ਹੋਣੀਆਂ ਚਾਹੀਦੀਆਂ ਇਹ ਗੱਲ ਠੀਕ ਹੈ ਵੀ ਕਈ ਵਾਰੀ ਇਹੋ ਜਿਹੇ ਫੈਸਲੇ ਜਦੋਂ ਅਸੀਂ ਅਦਾਲਤਾਂ ਰਾਹੀਂ ਜਾਂ ਪਾਰਲੀਮੈਂਟ ਦੇ ਰਾਹੀਂ ਕਰਵਾ ਲੈਂਦੇ ਹਾਂ ਕਈ ਵਾਰੀ ਨੁਕਸਾਨਦੇਹ ਬੜੇ ਹੁੰਦੇ ਨੇ ਜਿਵੇਂ ਅਸੀਂ ਤੁਸੀਂ ਵੀ ਪਹਿਲਾਂ ਜ਼ਿਕਰ ਕਰ ਚੁੱਕੇ ਇਹ ਵੀ ਕਰ ਚੁੱਕੇ ਨੇ ਰਾਣੂ ਜੀ ਨੇ ਵੀ ਕੀਤਾ ਵੀ ਜਿ ਸਹਿਜਧਾਰੀ ਦੇ ਨਾਂ ਹੇਠ ਬਹੁਤ ਸਾਰੇ ਸਿੱਖ ਸਾਡੇ ਕੋਲੋਂ ਦੂਰ ਜਾਣ ਜੇ ਚਲੇ ਗਏ ਨੁਕਸਾਨ ਹੋਏਗਾ ਪਹਿਲਾਂ ਨਿਰਮਲੇ ਉਦਾਸੀਨ ਜਿਹੜੀਆਂ ਸੰਪਰਦਾਵਾਂ ਸੀ ਉਹ ਪੰਥ ਦਾ ਵੱਡਾ ਹਿੱਸਾ ਸੀਗੀਆਂ ਅਤੇ ਹੌਲੀ ਹੌਲੀ ਖਿਸਕ ਖਿਸਕ ਕੇ ਉਹ ਵੀ ਸਾਡੇ ਮਤ ਕੋਲੋਂ ਬੜੀ ਦੂਰ ਚਲੀਆਂ ਗਈਆਂ ਦੇਖੋ ਇਹਨਾਂ ਨੂੰ ਮੋੜਨ ਦਾ ਰਸਤਾ ਅਖਤਿਆਰ ਕਰਨਾ ਚਾਹੀਦਾ ਜਿਵੇਂ ਮੈਂ ਪਹਿਲਾਂ ਕਿਹਾ ਸੀ ਜੋੜੀ ਜੀ ਇੱਕ ਛੋਟਾ ਜਿਹਾ ਕੁਆਸ਼ਨ ਮੈਂ ਮੁੱਦੇ ਤੇ ਇਸ ਮੁੱਦੇ ਬਿਲਕੁਲ ਇਹਦੇ ਨਾਲ ਜੁੜੀ ਵੀ ਗੱਲ ਜਿੱਦਾਂ ਤੁਸੀਂ ਕਹਿ ਕੇ ਬਹੁਤ ਸਾਰੇ ਅਸੀਂ ਹੁਣ ਵੀ ਜਿਹੜੇ ਹੈਗੇ ਆ ਕੋਈ ਬਾਬਿਆਂ ਦੇ ਡੇਰੇ ਹੈਗੇ ਆ ਕੋਈ ਇਸ ਤਰ੍ਹਾਂ ਦੇਹਧਾਰੀ ਗੁਰੂ ਹੈਗੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀਆਂ ਸਾਡੀਆਂ ਨੁਮਾਇੰਦਾ ਜਥੇਬੰਦੀਆਂ ਉਹਨਾਂ ਵੱਲੋਂ ਇੱਦਾਂ ਦੇ ਕੀ ਉਪਰਾਲੇ ਹੈਗੇ ਅਸੀਂ ਸਹਿਜਧਾਰੀ ਸਿੱਖਿਆ ਦੇ ਮੁੱਦੇ 'ਤੇ ਤਾਂ ਗੱਲ ਕਰਦੇ ਹਾਂ ਕਿਉਂ ਬਹੁਤ ਵੱਡੇ ਹਿੱਸੇ ਜਿਹੜੇ ਦੇਖਣ ਨੂੰ ਸਿੱਖੀ ਸਰੂਪ 'ਚ ਪੂਰੇ ਨਜ਼ਰ ਵੀ ਆਉਂਦੇ ਆ ਤਾਂ ਗੁਰਦੁਆਰਾ ਸਾਹਿਬ ਜਾਣ ਦੀ ਬਜਾਏ ਜਿਹੜਾ ਹੈਗਾ ਉਹ ਡੇਰਿਆਂ 'ਤੇ ਜਾ ਰਹੇ ਨਹੀਂ ਦੇਖੋ ਝਗੜਾ ਜਿਹੜਾ ਸਹਿਜਧਾਰੀ ਬੈਨਰ ਦੇ ਥੱਲੇ ਮਤਲਬ ਖੜਾ ਹੋਇਆ ਨਾ ਉਹ ਤਾਂ ਕੇਵਲ ਇਹ ਹੋਇਆ ਵੀ ਵੋਟ ਪਾਉਣ ਦੇ ਮਸਲੇ ਦੇ ਉੱਤੇ ਵੀ ਵੋਟ ਜਿਹੜੀ ਹੈ ਉਹ ਕੇਵਲ ਤੇ ਕੇਵਲ ਸਿੱਖੀ ਸਰੂਪ ਵਾਲਾ ਹੀ ਵੋਟ ਪਾ ਸਕਦਾ ਦੂਜਾ ਨਹੀਂ ਪਾ ਸਕਦਾ ਪਰ ਅਸੀਂ ਗੱਲ ਕਰਦੇ ਹਾਂ ਨਕਾਰ ਦੀ ਸੁਣੋ ਮੇਰੀ ਗੱਲ ਜਿਹੜੇ ਨਿਰਮਲੇ ਸੰਤ ਨੇ ਜਾਂ ਉਦਾਸੀਨ ਸੰਪਰਦਾਵਾਂ ਨੇ ਉਹਨਾਂ ਨੇ ਕਦੇ ਵੀ ਵੋਟ ਦੇ ਇਸ਼ੂ ਦੇ ਉੱਤੇ ਕਦੇ ਮਤਲਬ ਡਿਮਾਂਡ ਨਹੀਂ ਕੀਤੀ ਕਦੇ ਡਿਸਕਸ਼ਨ ਨਹੀਂ ਕੀਤੀ ਉਹ ਕੇਵਲ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਗੁਰਦੁਆਰੇ ਜਾਂਦੇ ਨੇ ਅਤੇ ਆਪਣਾ ਧਰਮ ਦਾ ਪ੍ਰਚਾਰ ਕਰਦੇ ਨੇ ਉਹ ਸਿੱਖੀ ਨਾਲ ਇਸ ਕਰਕੇ ਮਤਲਬ ਜਿਹੜੇ ਇੰਨੇ ਕਿ ਮਤਲਬ ਜੁੜੇ ਰਹਿੰਦੇ ਨੇ ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਕਿਸੇ ਨਾ ਕਿਸੇ ਪੰਥਕ ਇਸ਼ੂ ਦੇ ਉੱਤੇ ਮਰਿਆਦਾ ਦੇ ਇਸ਼ੂ ਦੇ ਉੱਤੇ ਉਹਨਾਂ 'ਚ ਵੀ ਕਿਤੇ ਨਾ ਕਿਤੇ ਮਤਲਬ ਮਤਭੇਦ ਖੜੇ ਹੋ ਜਾਂਦੇ ਨੇ ਪਰ ਉਹ ਵੀ ਸਾਡੇ ਕੋਲੋਂ ਕਿਤੇ ਨਾ ਕਿਤੇ ਬਿਖਰ ਜਾਂਦੇ ਨੇ ਪੰਜੋਲੀ ਜੀ ਪੰਥ ਅਤੇ ਮਰਿਆਦਾ ਦੇ ਮੁੱਦਿਆਂ 'ਤੇ ਮੈਂ ਆਉਣਾ ਤੁਹਾਡੇ ਕੋਲ ਵਾਪਸ ਜਿਹੜਾ ਹੈਗਾ ਇਸ ਮੁੱਦੇ 'ਤੇ ਆਪਾਂ ਚਰਚਾ ਕਰਦੇ ਹਾਂ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਮੁੱਦਿਆਂ 'ਤੇ ਮੁੜ ਆਉਂਦੇ ਹਾਂ ਗਲੋਬਲ ਪੰਜਾਬ ਟੀਵੀ 'ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਭਾਈ ਬਾਗੜੀ ਜੀ ਜਿੱਦਾਂ ਬ੍ਰੇਕ ਤੋਂ ਪਹਿਲਾਂ ਆਪਾਂ ਚਰਚਾ ਕਰ ਰਹੇ ਸੀ ਸਾਰੀ ਗੱਲ 'ਚ ਜਿੱਦਾਂ ਰਾਣੂ ਜੀ ਨੇ ਵੀ ਇਹ ਗੱਲ ਕਹੀ ਹੈ
कि किते ना किते जिहड़ा पोलिटिकल तौर पर सारे सिस्टम जिहड़ी दखलअंदाजी है जां पोलिटिकल लोग जिहड़े हैगे श्रोमणी गुरद्वारा प्रबंधक कमेटी जां जिहड़े धार्मिक अदारे हैगे आ उन्हां दे कब्जा बना के रखना चाहुंदे आ। किन्नी कि सच्चाई है इस गल्ल इहदे विच? काफ़ी सच्चाई है कि जिहड़ा एक बारी सत्ताधारी बन जांदा है, चाहे किते बन जाए, चाहे वड्डी जगह ते बन जाए, चाहे छोटी जगह ते बन जाए, उह छेती छेती अपनी जिहड़ी कुर्सी है उह छड्डण नूं तैयार नहीं हुंदा। और उहदे विच सब तों सौखा काम हुंदा है कि ਵੰਡ ਦੇਣਾ। ਜੀ ਜੀ, ਵੰਡੋ ਅਤੇ ਰਾਜ ਕਰੋ, ਇਹ ਸ਼ੁਰੂ ਤੋਂ ਹੀ ਚੱਲਦਾ ਆਇਆ। ਉਹੀ ਤਰੀਕੇ ਨੇ ਜਿਹੜੇ ਹੁਣ ਹੌਲੀ ਹੌਲੀ ਹਰ ਇੱਕ ਜਗ੍ਹਾ 'ਤੇ ਪੜਾਏ ਜਾਂਦੇ ਨੇ। ਇੱਕ ਚੀਜ਼ ਮੈਨੂੰ ਬਜ਼ੁਰਗਾਂ ਨੇ ਦੱਸੀ ਸੀ ਕਿ ਜਦੋਂ 1925 'ਚ ਐਕਟ ਬਣਿਆ ਤਾਂ ਉਹਦੇ ਨਾਲ ਜਿਹਨੇ ਡਰਾਫਟ ਕੀਤਾ ਉਹਦੇ ਨਾਲ ਇੱਕ ਸਲਿੱਪ ਲਾ ਕੇ ਦਿੱਤੀ ਉਹਨੇ ਕਿ ਆਫਟਰ ਦਿਸ ਸਿੱਖਸ ਵਿਲ ਨੋਟ ਬੋਦਰ ਦੀ ਸਿੱਖ ਗਵਰਨਮੈਂਟ, ਦੇ ਵਿਲ ਬੀ ਫਾਈਟਿੰਗ ਅਮੌਂਗ ਦੈਮਸੈਲਵਸ। ਕਿਸੇ ਹੋਰ ਧਰਮ ਦੇ ਵਿੱਚ ਮੈਨੇਜਮੈਂਟ ਵਾਸਤੇ ਰਜਿਸਟਰਡ ਬਾਡੀ ਗੌਰਮੈਂਟ ਇੰਟਰਫੀਰੈਂਸ ਵਾਲੀ ਨਹੀਂ। ਅੱਜ ਅਗਰ STPC ਦੇ ਵਿੱਚ ਕੋਈ ਐਸੀ ਗਲਤ ਹੁੰਦੀ ਹੈ ਕੰਮ ਜਾਂ ਸਰਕਾਰ ਸਮਝਦੀ ਹੈ ਵੀ ਨਹੀਂ ਤਾਂ DC ਅੰਮ੍ਰਿਤਸਰ ਉਹਦਾ ਐਡਮਿਨਿਸਟ੍ਰੇਟਰ ਲੱਗਦਾ। ਹੁਣ ਇੱਕ ਜਿਹੜੇ ਇੱਕ ਤਬਕਾ ਕਹਿੰਦਾ ਆਲ ਇੰਡੀਆ ਗੁਰਦੁਆਰਾ ਐਕਟ ਬਣੇ, ਕੱਲ੍ਹ ਨੂੰ ਉਹ ਬਣ ਜਾਏ ਤਾਂ ਸਾਰੇ ਗੁਰਦੁਆਰੇ ਸੈਂਟਰ ਦੇ ਅਧੀਨ ਆ ਜਾਣਗੇ ਜਾਂ ਸਮਝ ਲਓ ਨਾਗਪੁਰ ਦੇ ਅਧੀਨ ਆ ਜਾਣਗੇ। ਇਹ ਜਿਹੜੀਆਂ ਚੀਜ਼ਾਂ ਨੇ ਧਰਮ ਔਰ ਸਿਆਸਤ ਗੁਰੂ ਮਹਾਰਾਜ ਨੇ ਇਕੱਠੇ ਜ਼ਰੂਰ ਕੀਤੇ ਨੇ, ਪਰ ਉਹਨਾਂ ਨੇ ਇਹ ਨਹੀਂ ਕੀਤਾ ਕਿ ਧਰਮ ਨੂੰ ਤੁਸੀਂ ਸਿਆਸਤ ਵਾਸਤੇ ਵਰਤੋ। ਜੀ ਜੀ, ਓਕੇ, ਆਪਾਂ ਇਸ ਮੁੱਦੇ 'ਤੇ ਗੱਲ ਕਰਦੇ ਹਾਂ ਰਾਣੂ ਜੀ। ਰਾਣੂ ਜੀ, ਜਿੱਦਾਂ ਇਹ ਗੱਲ ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਵੀ ਕੀਤਾ, ਖਾਸ ਤੌਰ 'ਤੇ ਪੋਲੀਟੀਕਲ ਜਿਹੜੀ ਦਖਲਅੰਦਾਜ਼ੀ ਹੈਗੀ ਹੈ ਇਹ ਵੀ ਸਾਡੇ ਸਾਹਮਣੇ ਹੈ ਕਿ ਪੰਜਾਬ ਦੇ ਅੰਦਰ 2017 ਦੀਆਂ ਇਲੈਕਸ਼ਨ ਜਿਹੜੀਆਂ ਹੈਗੀਆਂ ਉਹਦੇ ਮੱਦੇਨਜ਼ਰ ਹੈਗੀ ਹੈ, ਜਿਹੜਾ ਪਾਰਲੀਮੈਂਟ 'ਚ ਫੈਸਲਾ ਕੀਤਾ ਗਿਆ ਜੋ ਆਇਆ ਹੈ ਇਹਦੇ ਬਾਰੇ 'ਚ ਔਰ ਜਿਸ ਤਰ੍ਹਾਂ ਉਹਨੂੰ ਪ੍ਰਚਾਰਿਆ ਜਾ ਰਿਹਾ, ਕਿਤੇ ਲੱਗਦਾ ਕਿ ਇਹਦੇ ਪਿੱਛੇ ਸਾਰਾ ਪੋਲੀਟੀਕਲ ਮੋਟਿਵ ਵੀ ਹੈ ਕਿ ਕਿੱਦਾਂ ਗੇਨ ਲਿਆ ਜਾ ਸਕਦਾ? ਬਿਲਕੁਲ ਦੇਖੋ ਨਾ, ਇਹ ਜਿਹੜਾ ਕੇਸ ਸੁਪਰੀਮ ਕੋਰਟ 'ਚ ਗਿਆ ਇਹਨੂੰ 4.5 ਸਾਲ ਹੋ ਗਏ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਏ ਨੂੰ। 4.5 ਸਾਲ ਤਾਂ ਬਾਦਲ ਸਾਹਿਬ ਨੂੰ ਕੋਈ ਤਕਲੀਫ ਨਹੀਂ ਹੋਈ ਕਿਉਂਕਿ ਉਹਨਾਂ ਨੂੰ 15-ਮੈਂਬਰੀ ਕਮੇਟੀ ਸੀ ਜਿਹੜੀ, ਉਹਦੇ ਨਾਲ ਇਹਨਾਂ ਦਾ ਕੰਮ ਸਰੀ ਜਾਂਦਾ ਸੀ, 170 ਮੈਂਬਰਾਂ ਦੀ ਸਿਰਦਰਦੀ ਖਤਮ ਸੀ ਇਹਨਾਂ ਦੀ। ਜਦੋਂ ਸਰਬੱਤ ਖਾਲਸਾ ਹੋਇਆ, ਸਰਬੱਤ ਖਾਲਸੇ ਤੋਂ ਬਾਅਦ ਇਹ ਡਰ ਗਏ ਨੇ, ਇਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹ ਜਾਗਰਿਤ ਹੋ ਗਏ ਨੇ, ਪੰਜਾਬ ਦੇ ਵਿੱਚ ਆਉਣ ਵਾਲੇ 2017 ਵਿੱਚ ਸਾਡੀ ਗੱਲ ਨਹੀਂ ਬਣਨੀ। ਇਸ ਲਈ ਇਹਨਾਂ ਨੇ ਹੁਣ ਪਲਾਨ ਕੀਤਾ ਕਿ ਸਾਡੀ ਜਿਹੜੀ SGPC ਪਹਿਲਾਂ ਜਿਹੜੀ ਚੁਣੀ ਹੋਈ SGPC ਹੈ, ਇਹਨਾਂ ਦੇ ਦੋ ਮਕਸਦ ਨੇ। ਇਹ ਚਾਹੁੰਦੇ ਆ ਵੀ ਜਾਂ ਤਾਂ ਚੋਣਾਂ ਜੇ ਹੋਣੀਆਂ ਨੇ ਤਾਂ ਚੋਣਾਂ ਵੀ ਸਾਡੇ ਟਰਮ 'ਚ ਹੋ ਜਾਣ, ਕਿਸੇ ਤਰੀਕੇ ਅਸੀਂ ਦੁਬਾਰਾ ਕਾਬਜ਼ ਹੋ ਜਾਈਏ। ਨੰਬਰ 2, ਜੇ ਚੋਣਾਂ ਨਾ ਕਰਾਈਆਂ ਜਾਣ ਕਿਸੇ ਤਰੀਕੇ ਨਾਲ, ਕਿਉਂਕਿ ਚੋਣਾਂ ਦਾ ਹੁਣ ਵੀ ਮਾਹੌਲ ਨਹੀਂ ਹੈ ਇਹਨਾਂ ਦੇ ਫੇਵਰ 'ਚ, ਔਰ ਇਹ ਚਾਹੁੰਦੇ ਸੀ ਕਿ ਇਹਨੂੰ ਰਿਵਾਈਵ ਕੀਤਾ ਜਾਵੇ ਹਾਊਸ ਨੂੰ, ਤਾਂਹੀਓ ਇਹ ਜਿਹੜਾ ਐਕਟ ਪਾਸ ਕੀਤਾ। ਮੈਂ ਦੱਸਣਾ ਚਾਹੁੰਦਾ ਸਿੱਧੂ ਸਾਹਿਬ, ਇਹ ਐਕਟ ਨੂੰ ਇਹਨਾਂ ਨੇ ਰੈਟਰੋਸਪੈਕਟਿਵਲੀ ਪਾਸ ਕੀਤਾ ਹੈਗਾ, 2003 ਤੋਂ ਇਹ ਜਿਹੜਾ ਐਕਟ ਹੈ ਪਾਸ ਕੀਤਾ, ਜਿਹਦੇ ਨਾਲ ਇਹ 2011 ਦੀ ਆਪਣੇ ਹਾਊਸ ਨੂੰ ਰਿਵਾਈਵ ਕਰਕੇ ਪਿਛਲਾ ਸਾਰਾ ਜਿਹੜਾ ਹੈਗਾ, ਨਹੀਂ ਨਹੀਂ ਉਹਨੂੰ ਦੁਬਾਰਾ, ਨਹੀਂ ਜੀ ਨਹੀਂ, ਉਹਨੂੰ 5 ਸਾਲ ਲਈ ਦੁਬਾਰਾ ਚਲਾਉਣਾ ਚਾਹੁੰਦੇ ਨੇ। ਇਹ ਕਹਿੰਦੇ ਜਿਸ ਦਿਨ ਪਹਿਲੀ ਮੀਟਿੰਗ ਹੋਊਗੀ ਨੋਟੀਫਿਕੇਸ਼ਨ ਹੋਏਗਾ ਇਹਦਾ ਦੁਬਾਰਾ ਹਾਊਸ ਦਾ, ਕਿਉਂਕਿ ਪਿਛਲਾ ਨੋਟੀਫਿਕੇਸ਼ਨ ਜਿਹੜਾ ਸੀ ਉਹ ਸਬਜੈਕਟ ਟੂ ਰਿਟ ਪਟੀਸ਼ਨ ਸੀ। ਜੀ ਜੀ, ਅਤੇ ਉਹਦੇ ਨਾਲ ਹਾਊਸ ਡਿਫੰਕਟ ਹੋ ਗਿਆ ਜਦੋਂ ਰਿਟ ਪਟੀਸ਼ਨ ਸਾਡੇ ਫੇਵਰ ਡਿਸਾਈਡ ਬਣੇ। 5 ਸਾਲ ਹੋਰ ਲੈਣਾ ਚਾਹੁੰਦੇ? ਯੈਸ, ਇਹ 5 ਸਾਲ ਹੋਰ ਲੈਣਾ ਚਾਹੁੰਦੇ ਨੇ ਕਿ ਸਾਡੇ ਹੱਥ 'ਚ ਹੀ ਰਹੇ। ਓਕੇ, ਤੁਸੀਂ ਬਹੁਤ ਇੰਪੋਰਟੈਂਟ ਇਸ਼ੂ ਦੇ ਉੱਤੇ ਗੱਲ ਕੀਤੀ ਹੈ। ਜੀ, ਅਤੇ ਦੂਸਰੀ ਗੱਲ ਜਿਹੜੀ ਮੈਂ ਲਾਸਟ ਕਰਨੀ ਚਾਹੁੰਦਾ ਆਪਣੇ ਵੱਲੋਂ, ਉਹ ਇਹ ਹੈ ਕਿ ਮੈਂ ਸਭ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਕਿ ਸਹਿਜਧਾਰੀ ਸਿੱਖ ਕੋਈ ਗੈਰ ਸਿੱਖ ਨਹੀਂ ਹੈ। ਸਹਿਜਧਾਰੀ ਸਿੱਖ ਕੋਈ ਬਾਹਰਲੇ ਧਰਮਾਂ ਦੇ ਲੋਕ ਜਿਹੜੇ ਸਹਿਜੇ ਸਿੱਖ ਬਣੇ ਵਾਲੀ ਡੈਫੀਨੇਸ਼ਨ ਹੈ ਨਾ, ਇਹ 'ਤੇ ਨਹੀਂ ਲਾਗੂ ਹੁੰਦੀ। ਭਾਈ ਕਾਹਨ ਸਿੰਘ ਨਾਭਾ ਜੀ ਦੀ ਜਿਹੜੀ ਮਹਾਨ ਕੋਸ਼ ਆ ਉਹਦੇ 'ਚ ਲਿਖਿਆ ਹੋਇਆ, ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ, ਨਾ ਕਿ ਸਹਿਜੇ ਸਿੱਖ ਬਣੇ। ਉਹ ਸਹਿਜਧਾਰੀ ਦੀ ਡੈਫੀਨੇਸ਼ਨ ਹੈ, ਸੁਖਾਲੀ ਰੀਤ ਅੰਗੀਕਾਰ ਕਰਨ ਵਾਲਾ, ਸਿੱਖੀ ਦਾ ਉਹ ਅਨਿੱਖੜਵਾਂ ਅੰਗ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦਾ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂਆਂ ਤੋਂ ਬਿਨਾਂ ਕਿਸੇ ਹੋਰ ਧਰਮ ਨੂੰ ਹੋਰ ਨੂੰ ਆਪਣਾ ਇਸ਼ਟ ਨਹੀਂ ਮੰਨਦਾ। ਨਾਲ ਉਹਨਾਂ ਨੇ ਫੁੱਟਨੋਟ 'ਚ ਥੱਲੇ ਲਿਖਿਆ ਹੋਇਆ ਕਿ ਜਿਹੜਾ ਸਿੰਘ ਸਹਿਜਧਾਰੀਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦਾ, ਉਹ ਸਿੱਖ ਧਰਮ ਤੋਂ ਹੀ ਅਣਜਾਣ ਹੈ। ਇਹ ਵੀ ਉਹਨਾਂ ਨੇ ਫੁੱਟਨੋਟ 'ਚ ਵਿੱਚ ਸਪੈਸ਼ਲ ਇੱਕ ਨੋਟ ਲਾਇਆ ਥੱਲੇ। ਅਤੇ ਮੈਂ ਹੁਣ ਗੱਲ ਕਰਨੀ ਚਾਹੁੰਦਾ ਕਿ ਇਹ ਜਿਹੜਾ ਗੁਰਦੁਆਰਾ ਐਕਟ ਹੈ, ਇਹਦੇ ਸੈਕਸ਼ਨ 210A ਇੱਕ ਪਰਿਭਾਸ਼ਾ ਦਿੱਤੀ ਹੈ ਸਹਿਜਧਾਰੀ ਸਿੱਖ ਦੀ। ਅਗਰ ਉਹ ਪਰਿਭਾਸ਼ਾ ਪੜ੍ਹੀ ਜਾਵੇ ਤਾਂ ਉਹਦੇ ਵਿੱਚ ਕਿਤੇ ਨਹੀਂ ਲਿਖਿਆ ਕਿ ਕੋਈ ਨੌਨ ਸਿੱਖ ਗੈਰ ਸਿੱਖ ਜਿਹੜਾ ਉਹ ਸਹਿਜਧਾਰੀ ਸਿੱਖ ਹੈ। ਇਹ ਤਾਂ ਸਿਰਫ ਪਾਰਲੀਮੈਂਟ ਦੇ ਵਿੱਚ ਵੀ ਬੀਬਾ ਹਰਸਿਮਰਤ ਜੀ ਨੇ ਪ੍ਰਚਾਰ ਕੀਤਾ, ਈਵਨ ਹੋਮ ਮਿਨਿਸਟਰ ਸਾਹਿਬ ਨੇ ਗਲਤ ਪ੍ਰਚਾਰ ਕੀਤਾ ਕਿ ਹੋਰ ਰਿਲੀਜਨ ਦੇ ਲੋਕ ਸਾਡੇ ਧਰਮ 'ਚ ਨੂੰ ਆਉਣਗੇ, ਦੇ ਆਰ ਸਹਿਜਧਾਰੀ,
ਉਹ ਕਬਜ਼ਾ ਨਾ ਕਰ ਲੈਣ। ਦੂਸਰੀ ਗੱਲ ਜਿੱਥੋਂ ਪੰਜੋਲੀ ਸਾਹਿਬ ਨੇ ਗੱਲ ਕੀਤੀ ਸੀਗੀ, ਮੈਂ ਉਹਦੇ ਵੀ ਇੱਕ ਡਾਊਟ ਇਹਨਾਂ ਦਾ ਕਲੀਅਰ ਕਰਨਾ ਚਾਹੁੰਦਾ ਕਿ ਇਹ ਜੇ ਸੈਕਸ਼ਨ 45 ਹੈ, 45 ਦੇ ਵਿੱਚ ਕੁਆਲੀਫਿਕੇਸ਼ਨ ਆਫ ਇਲੈਕਟਰ ਲਿਖੀ ਹੋਈ ਹੈ ਜਿਹਨੇ ਵੀ ਚੋਣ ਕੌਣ ਲੜ ਸਕਦਾ, ਚੋਣ ਲੜਨ ਵਾਲਾ ਸਿਰਫ ਅੰਮ੍ਰਿਤਧਾਰੀ ਸਿੰਘ ਖਾਲਸਾ, ਜਿਹੜਾ ਅੰਮ੍ਰਿਤ ਛਕੂਗਾ ਉਹੀ ਮੈਂਬਰ ਬਣੂਗਾ, ਫਿਰ ਸਾਨੂੰ ਖਤਰਾ ਖਦਸ਼ਾ ਖਤਮ ਹੋ ਜਾਂਦਾ। ਬਿਲਕੁਲ, ਇੱਥੇ ਕੋਈ ਖਦਸ਼ਾ ਹੀ ਨਹੀਂ ਹੈ, ਇਹ ਸਿਰਫ ਰਾਜਨੀਤੀ ਹੈ। ਇੱਥੇ ਸਿਰਫ ਬਾਦਲ ਪਰਿਵਾਰ ਕਬਜ਼ਾ ਰੱਖਣਾ ਚਾਹੁੰਦਾ ਹੈ ਸ਼੍ਰੋਮਣੀ ਕਮੇਟੀ ਤੇ, ਹੋਰ ਕੋਈ ਖਦਸ਼ਾ ਨਹੀਂ। ਰਾਜਨੀਤੀ ਬਾਰੇ ਅਸੀਂ ਪੰਜੋਲੀ ਸਾਹਿਬ ਤੋਂ ਜਾਣਨਾ ਚਾਹੁੰਦੇ ਹਾਂ। ਪੰਜੋਲੀ ਸਾਹਿਬ ਜਿੱਦਾਂ 2017 ਦੀ ਇਲੈਕਸ਼ਨ ਸਾਹਮਣੇ ਆ, ਰਾਣੂ ਜੀ ਨੇ ਕਿਹਾ ਵੀ ਇਹ ਰਾਜਨੀਤੀ ਆ ਜਿਹੜੀ ਹੈਗੀ ਹੈ, ਜਿਹੜਾ 4-4.5 ਸਾਲ ਤੋਂ ਲੰਬੇ ਸਮੇਂ ਤੋਂ ਪਿਆ ਸੀ, ਅਚਾਨਕ ਪਾਰਲੀਮੈਂਟ 'ਚ ਪਹਿਲਾਂ ਰਾਜ ਸਭਾ ਫਿਰ ਲੋਕ ਸਭਾ 'ਚ ਪਾਸ ਕੀਤਾ ਗਿਆ, ਔਰ ਇਹਨਾਂ ਦਾ ਕਹਿਣਾ ਕਿ ਰਾਜਨੀਤੀ 'ਤੇ ਕਬਜ਼ਾ ਰੱਖਣ ਦੇ ਲਈ ਸਾਰੀ ਗੇਮ ਹੈ। ਦੇਖੋ ਜੀ, ਮੈਨੂੰ ਇਸ ਬਾਰੇ ਨਹੀਂ ਪਤਾ ਵੀ ਰਾਜਨੀਤੀ ਹੈ ਜਾਂ ਨਹੀਂ, ਮੇਰੀ ਗੱਲ ਬੇਨਤੀ ਹੈ, ਜਿੰਨੀ ਐਨਰਜੀ ਸਰ ਪਰਮਜੀਤ ਸਿੰਘ ਰਾਣੂ ਵਿੱਚ ਹੈਗੀ ਹੈ, ਜਿੰਨੀ ਮਤਲਬ ਸਿਦਕ ਨਾਲ ਇਹ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਨੇ, ਅਤੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਣੀ ਸਹਿਜਧਾਰੀ ਫੈਡਰੇਸ਼ਨ ਭੰਗ ਕਰਨ ਅਤੇ ਦਾੜੀ ਕੇਸ ਰੱਖਣ ਪੰਥ ਦੇ ਅੰਦਰ, ਜਿੱਥੇ ਵੀ ਕਿਤੇ ਇਹਨਾਂ ਨੂੰ ਗਿਰਾਵਟ ਲੱਗਦੀ ਹੈ। ਮੈਂ ਬੇਨਤੀ ਕਰ ਸਾਰੀ ਦੁਨੀਆ ਇਸ ਚੈਨਲ ਨੂੰ ਦੇਖਦੀ ਹੈ, ਮੈਂ ਇਸ ਚੈਨਲ ਤੇ ਓਪਨਲੀ ਕਹਿ ਰਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਤੁਸੀਂ ਰਾਜਨੀਤੀ ਖਤਮ ਕਰ ਦਿਓ, ਨੰਬਰ ਇੱਕ, ਨੰਬਰ ਟੂ ਇੰਨੀ ਗੱਲ ਕਰ ਦਿਓ ਕਿ ਜਿਹੜੇ ਸਿੱਖ ਪਰਿਵਾਰਾਂ 'ਚ ਪੈਦਾ ਹੋਏ ਨੇ ਉਹ ਸਿੱਖ ਹੀ ਨੇ, ਔਰ ਜਿਹੜੇ ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਗੁਰੂਆਂ ਨੂੰ ਮੰਨ ਕੇ ਉਹਨਾਂ ਦਾ ਹੋਰ ਕੋਈ ਰਿਲੀਜਨ ਨਹੀਂ, ਜਿਹਨਾਂ ਨੇ ਬਾਕੀ ਧਰਮ ਛੱਡਤਾ ਅਤੇ ਸਿੱਖ ਧਰਮ ਅਡੋਪਟ ਕਰ ਲਿਆ, ਉਹਨਾਂ ਨੂੰ ਤੁਸੀਂ ਸਿੱਖ ਮੰਨਦੇ ਹੋ, ਅਤੇ ਜਿਹੜਾ ਖਾਲਸਾ ਉਹਨੂੰ ਅਸੀਂ ਰਿਸਪੈਕਟ ਕਰਦੇ ਹਾਂ ਕਿਉਂਕਿ ਅਸੀਂ ਵੀ ਖਾਲਸਿਆਂ ਦੇ ਬੱਚੇ ਹਾਂ, ਸਾਡੇ ਵੀ ਨਾਨਾ ਨਾਨੀ ਦਾਦਾ ਦਾਦੀ ਅੰਮ੍ਰਿਤਧਾਰੀ ਸਨ। ਅੱਜ ਅਸੀਂ ਬੇਨਤੀ ਕਰਦੇ ਹਾਂ ਤੁਹਾਨੂੰ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਸਿੱਖ ਮੰਨ ਲਓ, ਸਾਨੂੰ ਕੀ ਲੋੜ ਹੈ ਸਹਿਜਧਾਰੀ ਭੰਗ ਕਰਕੇ ਹੁਣੀ ਤੁਹਾਨੂੰ ਮੰਨ ਲਈ, ਪਰ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੇਰੀ ਬੇਨਤੀ ਹੈ, ਮੇਰਾ ਖਿਆਲ ਰਾਜਨੀਤੀ ਤਦੇ ਖਤਮ ਹੋਏਗੀ ਜੇ ਰਾਜਨੀਤੀ ਖਤਮ ਕਰਨ ਵਾਲੀਆਂ ਭਾਵਨਾ ਵਾਲੇ ਲੋਕ ਉੱਥੇ ਹੋਣਗੇ ਜੀ, ਤੇ ਜੇ ਰਾਜਨੀਤੀ ਕਰਨ ਵਾਲੇ ਹੀ ਬੰਦਿਆਂ ਦੇ ਉੱਥੇ ਜ਼ਿਆਦਾ ਨੇ ਗਿਣਤੀ, ਉਹਨਾਂ ਦੀ ਜ਼ਿਆਦਾ ਫਿਰ ਰਾਜਨੀਤੀ ਹੋਏਗੀ, ਤੇ ਜੇ ਇਸ ਕਿਸਮ ਦੀ ਸੋਚ ਵਾਲੇ ਬੰਦੇ ਆਉਣਗੇ ਰਾਣੂ ਵਰਗੇ, ਫਿਰ ਮੇਰਾ ਖਿਆਲ ਆ ਵੀ ਸ਼ਾਇਦ ਰਾਜਨੀਤੀ ਵਾਲੀ ਗੱਲ ਵੀ ਖਤਮ ਹੋ ਜਾਏ। ਨਾ ਅਸੀਂ ਮੈਂਬਰ ਬਣਨਾ, ਨਾ ਅਸੀਂ ਤੁਸੀਂ ਕਿਸੇ ਨੂੰ ਬਣਾ ਸਕਦੇ ਹੋ, ਵੋਟ ਪਾਉਣੀ ਤੁਸੀਂ 10 ਬੰਦੇ ਬਣਾ ਸਕਦੇ ਹੋ, ਬਣਾਣੇ ਸੀ ਅਸੀਂ, ਉਹ ਵੀ ਨਹੀਂ ਮੰਨੇ, ਉਹ ਵੀ ਨਹੀਂ ਮੰਨੇ ਤੁਸੀਂ, ਨਹੀਂ ਤੁਸੀਂ 10 ਬਣਾ, ਤੁਸੀਂ ਖੇਡ ਰਹੇ ਹੋ ਜੀ ਰਾਜਨੀਤੀ, ਤੁਸੀਂ ਮੁੱਠੀ ਭਰ ਲੋਕਾਂ ਨੂੰ ਬਣਾਉਣਾ ਚਾਹੁੰਦੇ ਹੋ, ਤੁਸੀਂ ਉੱਥੇ ਵੀ ਸਾਡਾ ਕਬਜ਼ਾ ਰਹਿ ਜਾਵੇ, ਓਕੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ 4 MP ਜਿੱਤ ਕੇ ਸੈਂਟਰ ਦੇ ਵਿੱਚ ਜਾ ਕੇ ਸਾਰੀ ਕੌਮ ਦਾ ਫੈਸਲਾ ਕਰਾ ਰਹੇ ਨੇ ਪਾਰਲੀਮੈਂਟ 'ਚੋਂ, ਹਰਿਆਣਾ ਦੇ 4 MP, ਮੈਂ ਇਸ ਗੱਲ ਨਾਲ ਤੁਹਾਨੂੰ ਪਤਾ ਹੀ ਹੈ, ਇਹ ਗੱਲ ਨਾਲ ਮੈਂ 100% ਸਹਿਮਤ ਹਾਂ ਵੀ ਸ਼੍ਰੋਮਣੀ ਕਮੇਟੀ ਦੇ ਪਲੇਟਫਾਰਮ 'ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਸ਼੍ਰੋਮਣੀ ਕਮੇਟੀ ਦੇ ਸਾਹਮਣੇ ਤਾਂ ਬਹੁਤ ਵੱਡੇ ਚੈਲੰਜ ਨੇ, ਹੁਣ ਤਾਂ ਬਹੁਤ ਵੱਡੇ ਨੇ, ਜਦੋਂ ਉਹਦੇ ਬੱਚੇ ਸਿੱਖੀ ਤੋਂ ਦੂਰ ਜਾਂਦੇ ਹੋਣ, ਜਦੋਂ ਪੰਜਾਬ ਜਿਹੜਾ ਮਤਲਬ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਿਹਾ ਹੋਵੇ, ਜਦੋਂ ਬੇਰੁਜ਼ਗਾਰੀ ਸਿਖਰ 'ਤੇ ਹੋਵੇ, ਜਦੋਂ ਬੱਚੇ ਅਨਪੜ੍ਹਤਾ ਵਾਲੇ ਪਾਸੇ ਤੁਰੇ ਪਏ ਹੋਣ, ਅਤੇ ਜਦੋਂ ਰੋਜ਼ ਕਿਸਾਨ ਖੁਦਕੁਸ਼ੀ ਕਰਦਾ ਹੋਵੇ, ਇਹਨਾਂ ਹਾਲਾਤਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਅੱਗੇ ਬਹੁਤ ਵੱਡਾ ਚੈਲੰਜ ਕਰਾ, ਰਾਜਨੀਤੀ ਕਰਕੇ ਨਹੀਂ ਕੀਤਾ ਸਕਦਾ, ਉਹ ਤੋਂ ਬਾਹਰ ਨਿਕਲ ਗਏ ਜੀ। ਪੰਜੋਲੀ ਬਿਲਕੁਲ ਠੀਕ ਭਾਈ ਬਾਗੜੀਆਂ ਜੀ, ਜਦੋਂ ਆਪਾਂ ਮੁੱਦਿਆਂ 'ਤੇ ਗੱਲ ਕਰਦੇ ਹਾਂ ਕਿ ਇਹਨਾਂ ਨੇ ਕਿਹਾ ਸਹਿਜਧਾਰੀ ਸਿੱਖਾਂ ਦੀ ਚੁਣੌਤੀ ਦੀ ਗੱਲ ਹੈ, ਪੰਜੋਲੀ ਜੀ ਨੇ ਵੀ ਜਿਹੜੀ ਗੱਲ ਕੀਤੀ ਹੈ, ਇਸ ਵੇਲੇ ਸ਼੍ਰੋਮਣੀ ਕਮੇਟੀ ਅੱਗੇ ਹੋਰ ਐਡੇ ਵੱਡੇ ਮੁੱਦੇ ਹੈ, ਸਾਡੇ ਜਿਹੜੇ ਸਿੱਖ ਪਰਿਵਾਰਾਂ ਦੇ ਬੱਚੇ ਹੈ ਉਹ ਜਿਹੜੇ ਹੈ ਆਪਣੇ ਰੂਮਾਂ ਦੀ ਬੇਅਦਬੀ ਕਰਵਾ ਰਿਹਾ, ਨਸ਼ਿਆਂ ਦਾ ਸ਼ਿਕਾਰ ਹੋ ਰਿਹਾ, ਐਡੇ ਵੱਡੇ ਜਿਹੜੇ ਹੈਗੇ ਆ ਬਹੁਤ ਵੱਡੀਆਂ ਚੁਣੌਤੀਆਂ ਹੈਗੀਆਂ ਕਿ ਸਹਿਜਧਾਰੀ ਸਿੱਖਾਂ ਦੀ ਚੁਣੌਤੀ ਦਾ ਮਾਮਲਾ ਨਹੀਂ, SGPC ਉਹਨਾਂ ਮੁੱਦਿਆਂ 'ਤੇ ਕੀ ਕਰ ਰਹੀ ਹੈ? ਮੈਂ ਤਾਂ ਕਹਿੰਦਾ ਕੁਛ ਨਹੀਂ ਕਰ ਰਹੀ, ਇਸ ਵੇਲੇ 12,000 ਪਿੰਡ ਹੈ ਤਕਰੀਬਨ ਜੀ, 2012-13 ਦੀ ਇੱਕ ਸੈਂਸਿਸ ਹੈ, ਉਹਦੇ 'ਚ 9,300 ਡੇਰੇ ਨੇ ਹੈਂਜੀ, ਅਤੇ ਉਹ ਹੋ ਗਿਆ। ਹੁਣ ਇੱਕ ਇਹਨਾਂ ਨੇ ਜਿਹੜੇ ਸੈਂਟਰ ਬਣਾ ਰਹੇ ਨੇ ਪਿੰਡਾਂ 'ਚ, ਉਹ ਪਛੜੀਆਂ ਜਾਤੀਆਂ ਅਤੇ ਦੂਜੀਆਂ ਉਹਨਾਂ ਦੇ ਅੱਡ ਅੱਡ ਬਣਾ ਰਹੇ ਨੇ, ਵੰਡ ਤਾਂ ਆਪ ਪਾ ਰਹੇ ਨੇ, ਸਰਕਾਰ ਪਾ ਰਹੀ ਹੈ। ਮੇਰੇ ਪਿੰਡ 12,00,000 ਰੁਪਈਆ ਦੇ ਕੇ ਆਏ ਨੇ ਹਰੀਜਨਾਂ ਦੇ ਉਹ ਬਣਾਉਣ ਵਾਸਤੇ। ਇਹ ਜੋ ਕੁਛ ਹੈ ਉੱਥੇ ਜੋ ਹੋ ਰਿਹਾ, ਇਹ ਸਰਕਾਰ ਕਰ ਰਹੀ ਹੈ, ਜਿਹਨੂੰ ਇਹ ਕੋਈ ਬਹੁਤ ਸਾਰੇ ਜਿਹਨੂੰ ਕਹਿੰਦੇ ਨੇ ਪੰਥਕ ਸਰਕਾਰ ਵੀ ਕਹਿ ਦਿੰਦੇ ਨੇ ਜੀ, ਅਤੇ ਪੰਥਕ ਸਰਕਾਰ ਮੈਂ ਤਾਂ ਨਹੀਂ ਮੰਨਦਾ, ਅਤੇ ਉਹ ਆਪ ਵੰਡ ਪਾ ਰਹੇ ਨੇ। ਓਕੇ ਓਕੇ, ਔਰ ਇਹ ਜਿਹੜਾ ਕਦਮ ਹੈ ਨਾ, ਇਹ ਮੈਂ ਸਭ ਕਹਿੰਦਾ ਇਹ ਐਂਟੀ ਸਿੱਖ ਹੈ। ਲਾਸਟ ਕਮੈਂਟ ਬਿਲਕੁਲ ਬਰੀਫ ਵਿੱਚ। ਦੇਖੋ, ਮੈਂ
ਇੱਕ ਮਤਲਬ ਕਿ ਇਸ ਜਿਹੜਾ ਟੌਪਿਕ ਹੈ ਇਸ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਜੀ ਜੀ ਬਿਲਕੁਲ ਕਿ ਸਾਨੂੰ ਅੱਜ ਲੋੜ ਹੈ ਸਾਡਾ ਜਿਹੜਾ ਪੰਜਾਬ ਹੈ ਇਹ ਗਰਕ ਰਿਹਾ ਜਿੱਥੇ ਹੈਲਥ ਸੈਕਟਰ ਬਿਲਕੁਲ ਜ਼ੀਰੋ ਹੋ ਜਾਵੇ ਔਰ ਜਿੱਥੇ ਐਜੂਕੇਸ਼ਨ ਸੈਕਟਰ ਜ਼ੀਰੋ ਹੋ ਜਾਵੇ ਇੰਪਲੋਇਮੈਂਟ ਜ਼ੀਰੋ ਹੋਵੇ ਔਰ ਮੈਂ ਸਮਝਦਾ ਉੱਥੇ ਜਿਹੜੀ ਹੈ ਅਨਾਰਕੀ ਹੀ ਹੋਊਗੀ ਉੱਥੇ ਹੋਰ ਕੋਈ ਕੋਈ ਚੀਜ਼ ਨਹੀਂ ਹੋ ਸਕਦੀ ਸਾਨੂੰ ਧਰਮ ਤਾਂ ਬਾਅਦ ਦੀ ਗੱਲ ਹੈ ਢਿੱਡੇ ਪਈਆਂ ਨਾ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ਸਾਨੂੰ ਲੋੜ ਹੈ ਅੱਜ ਜਿਹੜੀ ਯੂਥ ਹੈ ਉਹਨੂੰ ਸੰਭਾਲਣ ਦੀ ਔਰ ਨਸ਼ਿਆਂ ਤੋਂ ਸਮਾਜ ਨੂੰ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟ ਦੇ ਹੱਕ ਦੇ ਮੁੱਦੇ 'ਤੇ ਕੀ ਸਹਿਤਧਾਰੀ ਸਿੱਖਾਂ ਨੂੰ ਵੋਟ ਦਾ ਹੱਕ ਹੋਣਾ ਚਾਹੀਦਾ ਰਾਜ ਸਭਾ ਲੋਕ ਸਭਾ ਨੇ ਜੋ ਫੈਸਲੇ ਲਏ ਆ ਉਹਨਾਂ ਮੁੱਦਿਆਂ 'ਤੇ ਚਰਚਾ ਕੀਤੀ ਹੈ ਇਹਦੇ ਬਾਰੇ ਕੋਈ ਦੋ ਰਾਮ ਨਹੀਂ ਕਿ ਪਾਰਲੀਮੈਂਟ ਨੇ ਜੋ ਫੈਸਲਾ ਲਿਆ ਘੱਟੋ ਘੱਟ ਇੱਕ ਗੱਲ ਤਾਂ ਹੋ ਹੀ ਗਈ ਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਭਾਈਚਾਰੇ ਕਹਿੰਦਾ ਰਿਹਾ ਕਿ ਸਾਡੀ ਪਾਰਲੀਮੈਂਟ ਸਾਡੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਜੇ SGPC ਦੀ ਗੱਲ ਕਰੀਏ ਤਾਂ ਘੱਟੋ ਘੱਟ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਵੀ ਕੀਤੀ ਹੈ ਪਰ ਜਿੱਦਾਂ ਪੰਜੌਲੀ ਜੀ ਨੇ ਕਿਹਾ ਇੱਕ ਬਹੁਤ ਵੱਡਾ ਸਵਾਲ ਸਾਡੇ ਉੱਭਰ ਕੇ ਸਾਹਮਣੇ ਆ ਰਿਹਾ ਕਿ 70 ਲੱਖ ਤੋਂ ਵੀ ਵੱਡੀ ਗਿਣਤੀ ਸਹਿਤਧਾਰੀ ਸਿੱਖਾਂ ਦੀ ਜੇ ਅਸੀਂ ਬੇਸ਼ੱਕ ਰਾਣੂ ਜੀ ਦੀ ਗੱਲ ਜਿਹੜੀ ਕਿ ਨਾ ਵੀ ਮੰਨੀਏ ਕਿ ਸਹਿਤਧਾਰੀ ਸਿੱਖ ਆਪਣੇ ਆਪ ਦੇ ਵਿੱਚ ਕੋਈ ਪਰਿਭਾਸ਼ਾ ਨਹੀਂ ਹੈ ਫਿਰ ਵੀ ਜੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵੱਡੀ ਚੁਣੌਤੀ ਹੈ ਐਡੇ ਵੱਡੇ ਹਿੱਸੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੱਖੀ ਦੇ ਧੁਰੇ ਨਾਲ ਕਿਵੇਂ ਜੋੜ ਕੇ ਰੱਖਿਆ ਜਾ ਸਕਦਾ ਜਥੇਦਾਰ ਮੱਕੜ ਇਸ ਅਹੁਦੇ 'ਤੇ ਰਹਿੰਦੇ ਜਾਂ ਨਹੀਂ ਰਹਿੰਦੇ ਨਵਾਂ ਜਿਹੜਾ ਹਾਊਸ ਜਿਹੜਾ ਹੈਗਾ ਬਹਾਲ ਹੁੰਦਾ ਜਾਂ ਨਹੀਂ ਹੁੰਦਾ ਪਰ ਆਖਿਰਕਾਰ ਜਿਹੜਾ ਸਿੱਖ ਭਾਈਚਾਰਾ ਉਸਦੀਆਂ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਉਹਨਾਂ ਦੇ ਅੱਗੇ ਤਾਂ ਜਵਾਬਦੇਹ ਹੋਣਾ ਹੀ ਪਏਗਾ ਕਿ ਸਿੱਖੀ ਦੇ ਅੰਦਰ ਜਿਹੜਾ ਨਿਗਾਰ ਆ ਰਿਹਾ ਉਹ ਕਿਸੇ ਤਰੀਕੇ ਦੇ ਨਾਲ ਵੀ ਜੇ ਸਹਿਤਧਾਰੀ ਸਿੱਖਾਂ ਦੇ ਮੁੱਦੇ 'ਤੇ ਗੱਲ ਕਰਦੇ ਹਾਂ ਤਾਂ ਉਹਨਾਂ ਮੁੱਦਿਆਂ ਤੋਂ ਘੱਟ ਨਹੀਂ ਹੈ ਇਹਨਾਂ ਮੁੱਦਿਆਂ 'ਤੇ ਚਰਚਾ 'ਚ ਆਉਣ ਦੇ ਲਈ ਮੈਂ ਭਾਈ ਅਸ਼ੋਕ ਸਿੰਘ ਬਾਗੜੀਆਂ ਸਕਰਨੈਲ ਸਿੰਘ ਪੰਜੌਲੀ ਔਰ ਇਸੇ ਤਰ੍ਹਾਂ ਜਿਹੜਾ ਹੈਗਾ ਰਾਣੂ ਸਾਹਿਬ ਤਿੰਨਾਂ ਹੀ ਮਹਿਮਾਨਾਂ ਦਾ ਧੰਨਵਾਦੀ ਹੈ ਔਰ ਸਾਡੀ ਅੱਜ ਦੀ ਡਿਬੇਟ ਬਾਰੇ ਤੁਸੀਂ ਵੀ ਕੋਈ ਆਪਣੀ ਰਾਏ ਦੇਣੀ ਹੋਵੇ ਸਾਡਾ ਪਤਾ ਹੈ ਜਗਤਾਰ ਸਿੱਧੂ @ globalpunjabtv.com